ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀ بارش ਦੇ ਕਾਰਨ ਜਿੱਥੇ ਫਸਲਾਂ ਦਾ ਨੁਕਸਾਨ ਹੋ ਰਿਹਾ ਹੈਗਾ ਤਾਂ ਉੱਥੇ ਜਿਹੜੇ ਕਿਸਾਨ ਸਬਜ਼ੀ ਭਾਜੀ ਦੀ ਖੇਤੀ ਕਰਦੇ ਨੇ ਉਹਨਾਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈਗਾ ਹੁਣ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਬਹੁ ਗਿਣਤੀ ਉਹ ਕਿਸਾਨ ਨੇਗੇ ਜਿਹੜੇ ਬੇਜਮੀਨੇ ਕਿਸਾਨ ਨੇ ਠੇਕੇ ਦੇ ਉੱਪਰ ਲੈ ਕੇ ਖੇਤੀ ਕਰਦੇ ਨੇ ਇਹੋ ਜਿਹਾ ਇੱਕ ਕਿਸਾਨ ਹੈਗਾ ਸੰਗਰੂਰ ਦੇ ਨੇੜੇ ਪਿੰਡ ਉਪਲੀ ਦਾ ਰਹਿਣ ਵਾਲਾ ਮੇਜਰ ਸਿੰਘ ਜੋ ਕਿ ਇੱਕ ਏਕੜ ਫਸਲ ਠੇਕੇ ਤੇ ਲੈ ਕੇ ਉੱਥੇ ਸਬਜ਼ੀ ਦੀ ਖੇਤੀ ਕਰਦਾ ਸੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਉਹਦੀ ਜਿਹੜੀ ਫਸਲ ਹੈ ਪੂਰੀ ਤਰ੍ਹਾਂ ਲਗਾਤਾਰ ਪੈਰੇ ਮੀਂਹ ਦੇ ਕਾਰਨ ਤਬਾਹ ਹੋ ਚੁੱਕੀ ਹੈਗੀ ਤੇ ਪੂਰੇ ਪਰਿਵਾਰ ਦਾ ਜਿਹੜਾ ਖਰਚਾ ਸੀਗਾ ਉਹ ਇਸੇ ਸਬਜ਼ੀ ਤੋਂ ਚੱਲਦਾ ਸੀਗਾ ਮੇਜਰ ਸਿੰਘ ਸਾਡੇ ਨਾਲ ਆ ਉਹਦੇ ਨਾਲ ਗੱਲ ਕਰ ਲੈਣੇ ਆਗੇ ਮੇਜਰ ਸਿੰਘ ਜੀ ਫਸਲ ਬਾਹਰ ਹੋਊਗੇ ਲਗਾਤਾਰ ਮੀਂਹ ਨਾਲ ਨੁਕਸਾਨ ਹੋ ਰਿਹਾਗਾ ਕਿਸ ਤਰ੍ਹਾਂ ਹੁਣ ਦੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲ ਰਿਹਾਗਾ ਕਰਦਾ ਗੁਜ਼ਾਰਾ ਹੁਣ ਮਤਲਬ ਕਿ ਆਮਦਨ ਦਾ ਸਾਧਨ ਤੀ ਗਏ ਰੁਕ ਗਿਆ ਜੀ ਫਸਲੇ ਇਸ ਕਰਕੇ ਬਾਹਰ ਰਿਆਂਗੇ ਹੁਣ ਬੇਲਾਂ ਤੀਆਂ ਗਲ ਗਈਆਂ ਤੇ ਬੇਲਾਂ ਗਲ ਗਈਆਂ ਬਾਹਰ ਰਿਆਂਗੇ ਜੀ ਬਹੁਤ ਮੁਸ਼ਕਲ ਮਾਰਦੀ ਹੈਗੀ ਉਧਰ ਸਾਗ ਦੀਗਾ ਪਾਲਕ ਦੀਗਾ ਉਹਦੇ ਵਿੱਚੋਂ ਮੁਸ਼ਕਲ ਮਾਰਦੀ ਹੈ ਵੱਢ ਕੇ ਛੱਟਾਂਗੇ ਤੇ ਇਧਰ ਗੋਭੀ ਹੈਗੀ ਇਹ ਸ਼ੁੱਕ ਰਹੀ ਹੈ ਜੀ ਪਾਣੀ ਖੜਾ ਰਿਹਾ بارش ਵੱਧ ਹੋਈ ਹੈ ਜੀ ਦੋ ਦਿਨ بارش ਹੁੰਦੀ ਰਹੀ ਹੈਗੀ ਤੇ ਘਰ ਦਾ ਗੁਜ਼ਾਰਾ ਹੁਣ ਬਹੁਤ ਮੁਸ਼ਕਲ ਨਾਲ ਚੱਲ ਰਿਹਾ ਜੀ ਇਸ ਤਰ੍ਹਾਂ ਦੇਖਦੇ ਹੋਗੇ ਕਿ ਜ਼ਮੀਨ ਠੇਕੇ ਦੇ ਉੱਪਰ ਲੈਤੀ ਹੈਗੀ ਤੇ ਪੂਰੇ ਪਰਿਵਾਰ ਦਾ ਖਰਚਾ ਵੀ ਇਸੇ ਸਬਜ਼ੀਆਂ ਦੇ ਉੱਪਰੋਂ ਚੱਲਣਾ ਸੀਗਾ ਤੇ ਦੂਜੇ ਪਾਸੇ ਤੁਸੀਂ ਦੱਸਿਆ ਕਿ ਲਗਾਤਾਰ ਤੁਸੀਂ ਸੰਘਰਸ਼ਾਂ ਨਾਲ ਵੀ ਜੁੜੇ ਹੋਏ ਹੋਵੋਗੇ ਖੇਤੀ ਅੰਦੋਲਨ ਦੇ ਵਿੱਚ ਵੀ ਜਾਣੇ ਹੋ ਜਥੇਬੰਦੀਆਂ ਦਾ ਵੀ ਸਾਥ ਦਿਨੇ ਹੋਗੇ ਤੇ ਆਪਣੀ ਖੇਤੀ ਨੂੰ ਵੀ ਸੰਭਾਲ ਦਿਓਗੇ ਤੇ ਦੋਰੀ ਮਾਰ ਹੈ ਜਿਹੜੀ ਹੁਣ ਤੁਹਾਡੇ ਉੱਪਰ ਪਈ ਹੈਗੀ ਬੇੜਾ ਇਹਨਾਂ ਪਰਿਵਾਰ ਦਾ ਗੁਜ਼ਾਰਾ ਹੈਗਾ ਉਹ ਇਸੇ ਉੱਪਰ ਨਿਰਭਰ ਸੀਗਾ ਹੁਣ ਫਿਰ ਅੱਗੇ ਜਿਹੜੀ ਅਗਲੀ ਫਸਲ ਹੈ ਉਹ ਤੋਂ ਕੋਈ ਉਮੀਦ ਹੈ ਤੁਹਾਨੂੰ ਉਮੀਦ ਤਾਂ ਹੁਣ ਇਹ ਕੁਦਰਤ ਦੇ ਇਸ਼ਾਰੇ ਹੈ ਜੀ ਵੀ ਉਹਨਾਂ ਜਿਹੜੀ بارش ਆ ਕਈ ਦਿਨਾਂ ਤੋਂ ਕਹਿੰਦੇ ਦੱਸੀ ਹੋਈ ਹੈਗੀ ਕੁਝ ਖ਼ਬਰਾਂ ਦੇ ਵਿੱਚ ਵੀ ਇਹ ਮਤਲਬ ਵੀ ਮੌਸਮ ਵਿਭਾਗ ਵਾਲਿਆਂ ਨੇ ਵੀ ਦਿੱਤਾ ਸੀਗਾ ਵੀ ਇਤਕੀ ਲਗਾਤਾਰ بارش ਥੋੜੀ ਵੱਧ ਹੋਣੀ ਹੈਗੀ ਅਸਲ ਦੇ ਵਿੱਚ ਜੇ ਸੰਘਰਸ਼ਾਂ ਨਾਲ ਨਾ ਜੁੜੇ ਹੁੰਦੇ ਹੋ ਸਕਦਾ ਜਿਹੜੀ ਮਤਲਬ ਕਿ ਹੁਣ ਸਥਿਤੀ ਬਣੀ ਹੁੰਦੀ ਆ ਸੂਹ ਛੱਟ ਦੇ ਕਿਨਾਰੇ ਤੀਗੀ 10 ਰੁਪਏ ਵੀ ਮਤਲਬ ਕਿ ਲਾ ਲੋ ਪਰਸੋ 10 ਰੁਪਏ ਸੀ ਮੇਰੀ ਜੇਬ ਦੇ ਵਿੱਚ ਆ ਹੁਣ ਦੋ ਬੱਚੇ ਨੇਗੇ ਮਤਲਬ ਕਿ ਕੰਮ ਕਰ ਰਹੇ ਨੇਗੇ ਉਹ ਤਾਂ ਹੁਣ ਆਪਦਾ ਵੀ ਨਿਆਣੇ ਨੇ ਪੜ ਰਹੇ ਹੈਗਾ ਬੱਚਾ IT ਕਰ ਰਿਹਾ ਹੈਗਾ ਹੁਣ ਘਰ ਦਾ ਖਰਚਾ ਬਹੁਤ ਮੁਸ਼ਕਲ ਨਾਲ ਚੱਲ ਰਿਹਾ ਹੈਗਾ ਬੜਾ ਦੁੱਖ ਹੁੰਦਾਗਾ ਜਦੋਂ ਕਿਸਾਨ ਜਿਵੇਂ ਤੁਸੀਂ ਟਰੈਕਟਰ ਲੈ ਕੇ ਆਪਣੀ ਫਸਲ ਬਾਹ ਰਹੇ ਹੋਗੇ ਬੜਾ ਦੁੱਖ ਹੁੰਦਾ ਜਿਹੜੀ ਪੁੱਤਾਂ ਵਾਂਗੂ ਪਾਲੀ ਫਸਲ ਹੈਗੀ ਜਦੋਂ ਇਸ ਤਰ੍ਹਾਂ ਬੇਮੌਸਮੀ ਬਰਸਾਤਾਂ ਦੇ ਨਾਲ ਖਰਾਬ ਹੋ ਜਾਂਦੀ ਹੈ ਤਾਂ ਮਨ ਬੜਾ ਦੁਖੀ ਹੁੰਦਾ ਹੋਵੇਗਾ ਮਨ ਬਹੁਤ ਦੁਖੀ ਹੁੰਦਾ ਈ ਪਰੇਸ਼ਾਨ ਹੁੰਦਾ ਈ ਮਨ ਇਹ ਤਾਂ ਉਹੀ ਗੱਲ ਮਾਲ ਬੀਤਦਾ ਧਰਨਿਆਂ ਦੇ ਵਿੱਚ ਜਾਂਨਿਆਂ ਦੇ ਵਿੱਚ ਜਾਂਨਿਆਂ ਕੱਲ ਪਟਿਆਲੇ ਧਰਨਾ ਸੀਗਾ ਚਲੋ ਉੱਥੇ ਮਤਲਬ ਕਿ ਲੋਕਾਂ ਦੀਆਂ ਤੰਗੀਆਂ ਮੁਸ਼ਕਿਲੀਆਂ ਸੁਣਦੇ ਹੋਏ ਬੁਲਾ ਰਹੇ ਨੇ ਜਦੋਂ ਦੱਸਿਆ ਚੱਲ ਆਪਣੇ ਹੌਸਲੇ ਹੋਰ ਬਲੰਦ ਹੋਇਆ ਵੀ ਲੋਕਾਂ ਨਾਲ ਵੀ ਬਹੁਤ ਕੁਝ ਹੋ ਰਿਹਾਗਾ ਤਾਂ ਆਈ ਟੀ ਟੀ ਵਾਲਿਆਂ ਦਾ ਰਾਦੇ ਵਿੱਚ ਧਰਨਾ ਸੀਗਾ ਅੱਜ ਅਖਬਾਰ ਦੇ ਵਿੱਚ ਵੀ ਐ ਦੂਨੇ ਮਲਕੇ ਪਾਖੜਾ ਨਹਿਰ ਦੇ ਵਿੱਚ ਸਾਲ ਮਰੀ ਤਾਂ ਹੁਣ ਆਪਾਂ ਕਹਿਣਾ ਵੀ ਇਹ ਮਤਲਬ ਵੀ ਸੰਘਰਸ਼ਾ ਜ਼ਿੰਦਗੀ ਜੇ ਸੰਘਰਸ਼ ਜਿੱਤਣਾ ਪਊਗਾ ਤੰਗੀਆਂ ਮੁਸ਼ਕਲਾਂ ਦੇ ਮਲਕੇ ਵਿੱਚ ਦੀ ਲੰਘਦੇ ਹੋਏ ਆਪਾਂ ਨੂੰ ਫ ਇਦ ਰੱਖਦੇ ਆਂ ਕਿ ਆ ਹੁਣ ਆਉਣ ਵਾਲੇ ਮਲਕੇ 5-10 ਦਿਨਾਂ ਦੇ ਵਿੱਚ ਬਾਣ ਵਾਤ ਆਊਗਾ ਤਾਂ ਅਸੀਂ ਮਲਕੇ ਹਿੰਮਤ ਨਹੀਂ ਹਾਰਨੀ ਜਿਹੜਾ ਹੈਗਾ ਉਹਦੇ ਵਿੱਚ ਫੇਰ ਆਪਣੀ ਸਬਜ਼ੀ ਭਾਜੀ ਇਹ ਗਾਵਾਂਗੇ ਤੇ ਹੋਰ ਕੰਮਕਾਰ ਛੱਡ ਨਹੀਂ ਸਕਦੇ ਕੰਮਕਾਰ ਹੋਰ ਹੈ ਨਹੀਂਗੇ ਜੀ ਤੇ ਦਿਹਾੜੀਆਂ ਦਿਹਾੜੀਆਂ ਦੇ ਨਾਲ ਮਲਕੇ ਸਾਰਾ ਦਿਨ ਮਿਸਤਰੀ ਠੇਕੇਦਾਰ ਖਲ ਖਾ ਲੈਂਦਾ ਹੈ ਜੀ ਤੇ ਹੱਥ ਨੂੰ 300 ਰੁਪਏ ਮਿਲਦਾ 300 ਰੁਪਏ ਨਾਲ ਤੁਹਾਨੂੰ ਪਤਾ ਮੰਗੇ ਇੰਨੀ ਵਧੀ ਪਈ ਹੈਗੀ ਵੀ ਬੰਦਾ ਕੀ ਘਰ ਦਾ ਜੀਰ ਬਿਲਕੁਲ ਨਹੀਂ ਚਲਾ ਸਕਦਾ ਜੀ ਕਿਹੜੀਆਂ ਕਿਹੜੀਆਂ ਫਸਲਾਂ ਨੇ ਤੁਹਾਡੀਆਂ ਜਿਹੜੀਆਂ ਦਾ ਨੁਕਸਾਨ ਹੋਇਆ ਹੈਗਾ ਜਿਹੜੀਆਂ ਤੁਹਾਨੂੰ ਉਮੀਦ ਸੀ ਵੀ ਅੱਗੇ ਜਾ ਕੇ ਤੁਹਾਡਾ ਜ ਸਾਧਨ ਸੀਗਾ ਆਮਦਨ ਦਾ ਉਹ ਬਣਨਾ ਸੀਗਾ ਪਰਿਵਾਰ ਦਾ ਗੁਜ਼ਾਰਾ ਚੱਲਣਾ ਸੀ ਜਿਨ੍ਹਾਂ ਦੇ ਆਸਰੇ ਹੁਣ ਇੱਥੇ ਮਤਲਬ ਕਿ ਵੀ ਦਵਾਈਆਂ ਵਾਲੀ ਦੁਕਾਨ ਹੈ ਕੀ ਤਾਂ ਉਹਦੇ ਨਾਲ ਉਹ ਉਦਾਰਸ਼ਦਾਰ ਚੱਲਦਾਗਾ ਉਹਦੇ ਨਾਲ 30 35000 ਰੁਪਏ ਦੇਣਾ ਚਾਹੀਦਾ ਉਹਦਾ ਤਾਂ ਨੂੰ ਮੈਂ ਕਿਹਾ ਸੀਗਾ ਮਹੀਨੇ ਦੇ ਵਿੱਚ ਹੀ ਤੈਨੂੰ ਪਹਿਲੇ ਹਫਤੇ ਵਿੱਚ ਦੇ ਦਾਂਗੇ ਕਿਉਂਕਿ ਜਿਹੜੀ ਛੱਡੀ ਆਮਦਨ ਤੇ ਆ ਮਹੀਨੇ ਦੇ ਵਿੱਚ ਬਹੁਤ ਵਧੀਆ ਹੋਣੀ ਸੀਗੀ ਉਹਨਾਂ ਸਾਗ ਪਾਲਕ ਦੀਗਾ ਸਵਾ ਤੋਂ ਡੇਢ ਬਿਗੇ ਦਾ ਮਤਲਬ ਕਿ ਜਿਹੜਾ ਹੈਗਾ ਤੀਗਾ 35 ਤੋਂ 40000 ਦਾ ਇਹ ਨੁਕਸਾਨ ਹੋਇਆ ਛੱਡਾ ਤੇ ਇੱਧਰ ਮੂਲ ਸਲਗਮ ਬੀਜੇ ਸੀਗੇ ਤੇ ਸਲਗਮਾ ਮਲਕੇ ਸਵਾ ਡੇਢ ਪੌਣੇ ਤੋਂ ਬਿਗਾਂ ਦਾ ਏਡ ਗੇਟ ਦੀਗਾ ਉਹਦਾ ਨੁਕਸਾਨ ਹੋਇਆ ਜੀ ਸਵਾ ਤੋਂ 2 2.5 ਪੌਣੇ ਤਿੰਨ ਬਿਗੇ ਕਦੂਆਂ ਦਾ ਸਾਡਾ ਨੁਕਸਾਨ ਹੋਇਆ ਜੀ ਨਾ ਮਾ ਇੱਧਰ ਮੇਥੇ ਲਾਇਤੇਗੇ ਉਹਦਾ ਵੀ ਨੁਕਸਾਨ ਹੋ ਗਿਆ ਯੂਨੀ ਬਿਲਕੁਲ ਮੌਸਮ ਦਾ ਪਤਾ ਸੀ ਥੋੜਾ ਜਿਹਾ ਵੀ بارش ਆਊਗੀ ਅਸੀਂ ਫਿਰ ਬੱਟਾ ਪਾਟੜੇ ਬੈੱਡ ਬਣਾ ਕੇ ਇਹ بارش ਦੇ ਕਰਕੇ ਵੀ ਪਾਣੀ ਊਲੀਆਂ 'ਚ ਰਹਿ ਜਾਂ ਕੱਢ ਦਾਂਗੇ ਤਾਂ بارش ਇੰਨੀ ਪੈ ਗਈ ਮਤਲਬ ਕਿ ਬੱਟਾ ਉੱਪਰ ਦੀ ਪਾਣੀ ਰਿਹਾ ਜਿਹੜੀ ਸਾਡੇ ਮੈਥੇ ਤੇ ਉਹ ਵੀ ਵੀ ਮਰ ਗਈ ਹੁਣ ਅੱਗੇ ਵੀ ਮੌਸਮ ਅਸੀਂ ਦੇਖ ਰਹੇ ਹਾਂ ਕਿ ਮੌਸਮ ਲਗਾਤਾਰ ਜਿਹੜਾ ਖਰਾਬ ਹੁੰਦਾ ਜਾ ਰਿਹਾ ਹੈਗਾ ਲਗਾਤਾਰ ਅੱਗੇ ਵੀ ਦੱਸਿਆ ਜਾ ਰਿਹਾ ਹੈ ਕਿ ਅੱਗੇ ਮੀਂਹ ਦੀ ਸੰਭਾਵਨਾ ਹੈਗੀ ਹੈ ਫਿਰ ਅਗਲੀ ਫਸਲ ਦੀ ਕੋਈ ਉਮੀਦ ਹੈ ਤੁਹਾਨੂੰ ਉਮੀਦ ਹਾਲੇ ਰੁਕਣਾ ਪਊਗਾ ਜੀ ਹਵਤਾ ਦਾ 10 ਦਿਨ ਬਾਅਦ ਨਹੀਂ ਬਤ ਆਉਣਾ ਜੇ ਚਾਰ ਕੰਨੀਆਂ بارش ਹੋਰ ਪੈ ਗਈ ਫੇਰ ਬਦਲ ਕੇ ਬਾਣ ਬਿਲਾ ਰਹੂਗਾ ਜੀ ਹੁਣ ਜਿਹੜਾ ਠੇਕਾ ਹੈਗਾ ਉਹ ਛੋਡੇ ਸਾਹਮਣੇ ਮਤਲਬ ਦਾਦੀ 65000 ਰੁਪਏ ਇਹ ਗੱਲ ਪੈ ਗਈ ਜਿਹੜਾ ਉਸ ਤੋਂ ਬੀਜਾਂ ਦਾ ਤੀਗਾ ਉਹ ਗੱਲ ਪੈ ਗਈ ਆਪਣੀ ਲੇਬਰ ਉਹ ਤਾਂ ਲੇਬਰ ਅਸੀਂ ਕਰੇ ਰਹੇ ਹਾਂਗੇ ਉਹ ਵਿੱਚ ਨਹੀਂ ਲਾ ਰਹੇ ਜੀ ਸੋ ਇਹ ਮੇਜਰ ਸਿੰਘ ਹੈ ਜੋ ਕਿ ਆਪਣੀ ਫਸਲ ਉਗਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ ਮੇਜਰ ਸਿੰਘ ਦੱਸਦਾ ਸੀਗਾ ਕਿ ਉਹਨੂੰ ਅਗਲੀ ਸਾਗ ਦੀ ਫਸਲ ਤੋਂ ਉਮੀਦ ਸੀ ਪਾਲਕ ਉਹਦਾ ਬੀਜਿਆ ਹੋਇਆ ਸੀਗਾ ਤੇ ਉਹਨੇ ਮੱਕੀ ਦਾ ਆਟਾ ਜਿਹੜਾ ਉਹ ਲੈ ਕੇ ਰੱਖ ਕੇ ਤਿੰਨੇ ਚੀਜ਼ਾਂ ਲੈ ਕੇ ਦੋ ਤਿੰਨ ਪਿੰਡਾਂ ਦੇ ਵਿੱਚ ਜਾਂਦਾ ਸੀਗਾ ਤਾਂ ਜੋ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕੇ ਪਰ ਹੁਣ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਤਿੰਨ ਚਾਰ ਦਿਨਾਂ ਤੋਂ ਪੈ ਰਹੀ بارش ਦੇ ਨਾਲ ਉਹਦੀ ਪੂਰੀ ਫਸਲ ਤਬਾਹ ਹੋ ਚੁੱਕੀ ਹੈ ਪੂਰਾ ਪਰਿਵਾਰ ਹੈ ਜਿਹੜਾ ਉਹ ਇਸ ਸਮੇਂ ਜਿਹੜਾ ਖਰਾਬ ਹੋ ਚੁੱਕੀ ਫਸਲ ਹੈਗੀ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇਗੇ ਫਸਲ ਨੂੰ ਬਾਹਰ ਆ ਜਾ ਰਿਹਾ ਹੈਗਾ ਸੋ ਦੇਖ ਸਕਦੇ ਹੋ ਤੁਸੀਂ ਕਿ ਲਗਾਤਾਰ ਇਸ ਤਰ੍ਹਾਂ ਜਦੋਂ ਮੌਸਮ ਦੀ ਮਾਰ ਇੱਕ ਪਾਸੇ ਤੋਂ ਤਾਂ ਦੂਜੇ ਪਾਸੇ ਖੇਤੀ ਕਾਨੂੰਨਾਂ ਦੇ ਲਈ ਕਿਸਾਨ ਨੇ ਜਿਹੜੇ ਲੜ ਰਹੇ ਨੇ ਦੂਰੀਆਂ ਮਾਰਾਂ ਨੇ ਜਿਹੜੀਆਂ ਕਿਸਾਨਾਂ ਦੇ ਉੱਪਰ ਪੈਰੀਆਂ ਨੇਗੀਆਂ ਐਨ ਜੇ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਕੁਲਵੀਰ ਸਿੰਘ ਸੰਗਰੂਰ